ਅਤੇ ਉਸ ਤੋਂ ਬਾਅਦ ਮੈਨੂੰ ਮੈਂ 25 ਮਿੰਟਾਂ ਦਾ ਟਾਈਮ ਮੰਗਿਆ ਸੀਗਾ, ਪਰ ਦਿੱਕਤ ਕਰਕੇ 1.5 ਘੰਟਾ ਲੱਗ ਗਿਆ, ਕਿਉਂ ਜਿਹੜਾ ਬੱਚਾ ਸੀਗਾ ਉਹ 30 ਫੁੱਟ ਉੱਪਰ ਆ ਕੇ ਫਸਦਾ ਸੀ ਬੋਰ 'ਚ। ਤਾਂ ਉੱਥੇ ਤਕਰੀਬਨ 1.5-2 ਘੰਟਾ ਸਾਡਾ ਫੁੱਟ ਗਿਆ, ਜਿਹਦੇ ਕਰਕੇ ਥੋੜ੍ਹਾ 1.5 ਘੰਟਾ ਲੱਗਿਆ ਜੀ। ਨਹੀਂ ਬੱਚਾ ਵੈਸੇ 15 ਜਾਂ 10 ਮਿੰਟ 'ਚ ਹੀ ਬਾਹਰ ਆਉਣਾ ਸੀ। ਅਫਸੋਸ ਤਾਂ ਬਹੁਤ ਹੁੰਦਾ ਜੀ, ਪਰ ਬੁਲਾਵੇ ਕੌਣ ਜੀ। ਇਹ ਵੀ ਹੁਣ ਮੈਨੂੰ ਇੱਕ ਬਾਬਾ ਦੀਪ ਸਿੰਘ ਸੇਵਾਦਲ ਸੋਸਾਇਟੀ ਹੈ ਜੀ, ਉਹਨਾਂ ਨੇ ਫੋਨ ਕੀਤਾ ਸੀਗਾ, ਪ੍ਰਸ਼ਾਸਨ ਵੱਲੋਂ ਮੈਨੂੰ ਕਿਸੇ ਤੋਂ ਬੁਲਾਇਆ ਨਹੀਂ ਗਿਆ ਜੀ ਮੈਨੂੰ। ਨਹੀਂ ਮੈਂ ਦੇਖੋ ਅਪੀਲ ਤਾਂ ਨਹੀਂ ਕਰਦਾ ਹੈਗਾ, ਪਰ ਸਰਕਾਰ ਨੂੰ ਖੁਦ ਆਪ ਹੀ ਦੇਖਣਾ ਚਾਹੀਦਾ ਜੀ, ਕਿਉਂ ਇੰਸੀਡੈਂਟ ਆਪਣੇ ਇੰਨੇ ਹੋ ਗਏ, ਪ੍ਰੋਪਰ NDRF ਦੀ ਟੀਮ ਜਾਂ ਸਾਰਾ ਕੁਛ ਹੀ ਮਤਲਬ ਆਪਣਾ ਫੇਲ ਹੀ ਹੋ ਰਿਹਾ ਜੀ ਇੱਕ ਤਰ੍ਹਾਂ। ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਰਿਤਿਕ ਰੋਸ਼ਨ ਨਾਮ ਦਾ 6 ਸਾਲਾ ਬੱਚਾ ਬੋਰਵੈਲ 'ਚ ਡਿੱਗ ਗਿਆ ਸੀ ਔਰ ਪ੍ਰਸ਼ਾਸਨ ਦੀ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਜੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਜਾਂ ਸਰਕਾਰ ਦੇ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਓਪਰੇਸ਼ਨ 'ਚ ਦੇਰੀ ਹੋਈ ਹੈ ਔਰ 3 ਘੰਟੇ ਬਾਅਦ ਜਿਹੜਾ ਇਕਿਊਪਮੈਂਟ ਉੱਥੇ ਪਹੁੰਚਿਆ ਹੈ। ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕਾਂ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਨੂੰ ਬਚਾਇਆ ਜਾ ਸਕੇ। ਜੇ 2006 ਦੀ ਗੱਲ ਕਰੀਏ ਤਾਂ ਪ੍ਰਿੰਸ ਨਾਮਕ ਬੱਚਾ ਬੋਰਵੈਲ 'ਚ ਡਿੱਗ ਗਿਆ ਸੀ ਔਰ ਲਗਭਗ 4 ਤੋਂ 5 ਦਿਨ ਦਾ ਆਪਰੇਸ਼ਨ ਉਹਦੇ ਵਾਸਤੇ ਚਲਾਇਆ ਗਿਆ ਸੀ ਅਤੇ ਸੁਰੱਖਿਅਤ ਉਸਨੂੰ ਬਾਹਰ ਕੱਢ ਲਿਆ ਗਿਆ ਸੀ। ਔਰ ਇਸੇ ਤਰ੍ਹਾਂ ਸੰਗਰੂਰ ਦੇ ਇੱਕ ਪਿੰਡ 'ਚ ਫਤਿਹਵੀਰ ਨਾਮ ਦਾ 2.5 ਸਾਲਾ ਬੱਚਾ ਬੋਰਵੈਲ 'ਚ ਡਿੱਗ ਗਿਆ ਸੀ ਔਰ ਕਾਫੀ ਲੰਬਾ ਆਪਰੇਸ਼ਨ ਉਹਦੇ ਲਈ ਚਲਾਇਆ ਗਿਆ ਸੀ, ਲੇਕਿਨ ਉਹਦੀ ਜਾਨ ਨਹੀਂ ਬਚਾਈ ਜਾ ਸਕੀ। ਲੇਕਿਨ ਹੁਣ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਉਹ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਤੋਂ ਸਾਹਮਣੇ ਆਇਆ ਹੈ ਕਿ ਇੱਕ 6 ਸਾਲਾ ਬੱਚਾ ਬੋਰਵੈਲ 'ਚ ਡਿੱਗ ਜਾਂਦਾ ਹੈ ਔਰ 3 ਘੰਟੇ ਬਾਅਦ ਜਿਹੜਾ ਓਪਰੇਸ਼ਨ ਸ਼ੁਰੂ ਹੁੰਦਾ ਹੈ। ਹੁਣ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਵਿਅਕਤੀ ਦੀ ਜੋ ਕਿ ਇਹ ਦਾਅਵਾ ਕਰਦਾ ਹੈ ਕਿ ਬੋਰਵੈਲ ਚਾਹੇ 700 ਤੋਂ 800 ਫੁੱਟ ਡੂੰਘਾ ਵੀ ਹੋਵੇ ਉਹਦੇ 'ਚੋਂ ਵੀ ਉਹ ਬੱਚੇ ਨੂੰ ਕੱਢ ਕੇ ਲਿਆਉਂਦਾ ਮਾਦਾ ਰੱਖਦਾ ਹੈ। ਔਰ ਜਿਸ ਵੇਲੇ ਰਿਤਿਕ ਰੋਸ਼ਨ ਦੇ ਡਿੱਗਣ ਦੀ ਖਬਰ ਗੁਰਿੰਦਰ ਸਿੰਘ ਨੂੰ ਮਿਲਦੀ ਹੈ ਤਾਂ ਉਚੇਚੇ ਤੌਰ 'ਤੇ ਉਹ ਆਪਣੀ ਗੱਡੀ ਕਰਕੇ ਉਸ 'ਚ ਪੈਟਰੋਲ ਪਵਾ ਕੇ ਉੱਥੇ ਪਹੁੰਚਦਾ ਹੈ ਔਰ ਪ੍ਰਸ਼ਾਸਨ ਨੂੰ ਉਹਦੇ ਵੱਲੋਂ ਗੁਹਾਰ ਲਾਈ ਜਾਂਦੀ ਹੈ ਕਿ 15 ਤੋਂ 25 ਮਿੰਟ ਉਸ ਨੂੰ ਦੇ ਦਿੱਤੇ ਜਾਣ ਅਤੇ ਉਹ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਵੇਗਾ। ਔਰ ਇਸੇ ਤਰ੍ਹਾਂ ਦਾ ਇੱਕ ਮਾਮਲਾ ਤਾਮਿਲਨਾਡੂ ਵਿਖੇ ਸਾਹਮਣੇ ਆਇਆ ਸੀ ਔਰ ਉੱਥੇ ਦੀ ਸਰਕਾਰ ਨੇ ਏਅਰਲਿਫਟ ਕਰਕੇ ਇਸ ਸ਼ਖਸ ਗੁਰਿੰਦਰ ਸਿੰਘ ਨੂੰ ਉੱਥੇ ਬੁਲਾਇਆ ਸੀ ਔਰ ਗੁਰਿੰਦਰ ਸਿੰਘ ਵੱਲੋਂ ਇੱਕ 6 ਸਾਲਾ ਬੱਚੇ ਨੂੰ ਬੋਰਵੈਲ ਵਿੱਚੋਂ ਕੱਢ ਲਿਆ ਗਿਆ ਸੀ। ਹੁਣ ਆਮ ਲੋਕ ਗੱਲ ਕਰ ਰਹੇ ਨੇ ਕਿ ਅਜਿਹੇ ਐਕਸਪੀਰੀਅੰਸਡ ਬੰਦੇ ਨੂੰ ਕਿਤੇ ਨਾ ਕਿਤੇ ਸਰਕਾਰ ਨੂੰ ਨੌਕਰੀ ਦੇ ਦੇਣੀ ਚਾਹੀਦੀ ਹੈ ਔਰ ਅਜਿਹੇ ਬੰਦੇ ਦੇ ਤਜ਼ੁਰਬੇ ਦਾ ਫਾਇਦਾ ਸਰਕਾਰ ਨੂੰ ਉਠਾਉਣਾ ਚਾਹੀਦਾ ਤਾਂ ਕਿ ਕੀਮਤੀ ਜਾਨਾਂ ਜਿਹੜੀਆਂ ਬੱਚਿਆਂ ਦੀਆਂ ਜਾ ਰਹੀਆਂ ਨੇ ਬੋਰਵੈਲ 'ਚ ਡਿੱਗਣ ਨਾਲ ਉਹਨਾਂ ਨੂੰ ਬਚਾਇਆ ਜਾ ਸਕੇ। ਦੇਖਦੇ ਹਾਂ ਇਹ ਖਾਸ ਖਬਰ। ਮੇਰਾ ਗੁਰਿੰਦਰ ਸਿੰਘ ਜੀ। ਗੁਰਿੰਦਰ ਜੀ, ਗੱਲ ਹੁਸ਼ਿਆਰਪੁਰ ਵੇਸੀ ਬੱਚਿਆਂ ਪੜ੍ਹਦੇ। ਹਾਂਜੀ। ਕਿਸ ਤਰ੍ਹਾਂ ਦਾ ਰਿਹਾ ਅਤੇ ਕੀ ਬਣ? ਸਰ, ਹੁਸ਼ਿਆਰਪੁਰ ਵੀ ਤਕਰੀਬਨ 9 ਵਜੇ ਬੱਚਾ ਗਿਰਿਆ ਸੀਗਾ ਜੀ, ਤਾਂ ਮੈਨੂੰ ਇੱਕ ਤਾਂ 2.5 ਘੰਟੇ ਪਹਿਲੀ ਮੈਸੇਜ ਲੇਟ ਲੱਗਿਆ, ਮੈਨੂੰ 11:30 ਵਜੇ ਮੈਸੇਜ ਲੱਗਿਆ, ਉਸ ਤੋਂ ਬਾਅਦ 3 ਘੰਟੇ ਮੇਰਾ ਸਫ਼ਰ ਸੀਗਾ ਅਤੇ 2 ਘੰਟੇ ਮੈਨੂੰ ਉੱਥੇ ਵੇਟ ਕਰਨੀ ਪਈ ਅਤੇ ਜਿਹਦੇ ਕਰਕੇ ਵੀ ਸਮਝ ਲਓ 7 ਘੰਟੇ ਵੀ ਕੰਮ ਡਿਲੇ ਰਿਹਾ ਹੈਗਾ। ਅਤੇ ਉਸ ਤੋਂ ਬਾਅਦ ਮੈਨੂੰ ਮੈਂ 25 ਮਿੰਟਾਂ ਦਾ ਟਾਈਮ ਮੰਗਿਆ ਸੀਗਾ, ਪਰ ਦਿੱਕਤ ਕਰਕੇ 1.5 ਘੰਟਾ ਲੱਗ ਗਿਆ, ਕਿਉਂ ਜਿਹੜਾ ਬੱਚਾ ਸੀਗਾ ਉਹ 30 ਫੁੱਟ ਉੱਪਰ ਆ ਕੇ ਫਸਦਾ ਸੀ ਬੋਰ 'ਚ। ਤਾਂ ਉੱਥੇ ਤਕਰੀਬਨ 1.5-2 ਘੰਟਾ ਸਾਡਾ ਫੁੱਟ ਗਿਆ, ਜਿਹਦੇ ਕਰਕੇ ਥੋੜ੍ਹਾ 1.5 ਘੰਟਾ ਲੱਗਿਆ ਜੀ। ਨਹੀਂ ਬੱਚਾ ਵੈਸੇ 15 ਜਾਂ 10 ਮਿੰਟ 'ਚ ਹੀ ਬਾਹਰ ਆਉਣਾ ਸੀ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਤੁਹਾਨੂੰ ਪਹਿਲਾਂ ਬੁਲਾ ਲੈਂਦੇ, ਇਸ ਤਰ੍ਹਾਂ ਫਤਿਹਵੀਰ ਦੀ ਘਟਨਾ ਹੋਈ ਆ ਅਤੇ ਹੋਰ ਵੀ ਕਈ ਘਟਨਾ ਵਾਪਰੀਆਂ ਨੇ? ਅਫਸੋਸ ਤਾਂ ਬਹੁਤ ਹੁੰਦਾ ਜੀ, ਪਰ ਬੁਲਾਵੇ ਕੌਣ ਜੀ। ਇਹ ਵੀ ਹੁਣ ਮੈਨੂੰ ਇੱਕ ਬਾਬਾ ਦੀਪ ਸਿੰਘ ਸੇਵਾਦਲ ਸੋਸਾਇਟੀ ਹੈ ਜੀ, ਉਹਨਾਂ ਨੇ ਫੋਨ ਕੀਤਾ ਸੀਗਾ, ਪ੍ਰਸ਼ਾਸਨ ਵੱਲੋਂ ਮੈਨੂੰ ਕਿਸੇ ਤੋਂ ਬੁਲਾਇਆ ਨਹੀਂ ਗਿਆ ਜੀ ਮੈਨੂੰ। ਬਾਈ ਜੀ, ਜਿਵੇਂ ਤੁਸੀਂ ਜ਼ਿਕਰ ਕਰਿਆ ਕਿ ਉੱਥੋਂ ਕਿਹਾ ਗਿਆ, ਡੀ ਸਾਹਿਬ ਵੱਲੋਂ ਕਿਹਾ ਗਿਆ ਕਿ ਤੁਸੀਂ ਅੱਗੇ NDRF ਨੂੰ ਟ੍ਰੇਨਿੰਗ ਦਿਓ, ਕਿਵੇਂ ਤੁਸੀਂ ਤਜਰਬਾ ਕਰ ਲੈਂਦੇ ਹੋ, ਤਾਂ ਕਿਸ ਤਰ੍ਹਾਂ ਦਾ ਤਜਰਬਾ ਰਹਿੰਦਾ ਤੁਹਾਡਾ, ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਇਸ ਤਰ੍ਹਾਂ ਦੇ ਮੋਟਰਾਂ ਦੇ ਕੰਮ ਕਰਦੇ? ਦੇਖੋ ਇਹ ਜਿਹੜੀ ਸਵਰਸ਼ਵਲ ਲਾਈਨ ਆ ਜੀ ਸਾਡੀ, ਇਹ ਇੱਕ ਤਾਂ ਜੀ ਸਮਝ ਲਓ ਇਹ ਮਹਿਰਾ ਕਾਸਟ ਸਭ ਤੋਂ ਵੱਧ ਪੰਜਾਬ ਦੇ ਵਿੱਚ ਇਹੀ ਕਰਦੀ ਹੈ ਜੀ, ਤਾਂ ਸਾਡਾ ਕੀਤਾ ਇਹ ਇੱਕ ਤਰ੍ਹਾਂ। ਤਾਂ ਮੈਨੂੰ ਤਕਰੀਬਨ 20 ਤੋਂ 25 ਸਾਲ ਹੋ ਗਏ ਲਾਈਨ 'ਚ ਪਏ ਹੋਏ ਜੀ, ਜਿਸ ਤੋਂ ਮੈਂ 7ਵੀਂ 8ਵੀਂ 'ਚ ਪੜ੍ਹਦਾ ਸੀਗਾ, ਤਾਂ ਮੈਂ ਮੇਰਾ ਵੱਡਾ ਭਰਾ ਜੀ ਝਰੀਟ ਇਹਦੇ ਨਾਲ ਕੰਮ ਕਰਦਾ ਸੀਗਾ ਜੀ, ਜਿੱਦਣ ਛੁੱਟੀ ਹੁੰਦੀ ਮੈਨੂੰ ਲੈ ਜਾਂਦਾ ਕੰਮ 'ਤੇ ਇਹ, ਤਾਂ ਹੌਲੀ ਹੌਲੀ ਬਸ ਇਹ ਤੋਂ ਹੀ ਸਿੱਖ ਗਿਆ ਜੀ।
तो हूँ 10 to 12 साल हो गए मैं रेगूलर ही मैं कम करता जी हूँ बोर का जी। प्रशासन वालों पर प्रशासन जी अज डी साहब न मीटिंग थी सवेरे तो कल उन्होंने आन दिता भी मीटिंग करने तो बाद भी फिर जाए तो उन्होंने गलबात हुई सी उन्होंने आख्या भी कहते असं 4 to 5 बंदे जे तेनों ट्रेनिंग ले दईए NDRF दे तू उन्होंने ट्रेन कर देंगा तो मैं उन्होंने हामी भरती मैं कोई गल नहीं भेज दो भी मैं करूँगा जी। इन्हें जिक्र करे कि तुहानू ही कोई इस तरह की जॉब दिती जाए अगर नाले किसी कीमती जान बच सके नाले तुहाडा जिहड़ा काम काज आ वो चल सके। नहीं इदा मेरे ना कोई गलबात नहीं होती बस तो उन्होंने हुण एक जरूर आख्या सीगा भी हफ्ते के अंदर अंदर भी तुहाडा सन्मान करांगे असीं ते कर दो सरकार नूं कि इस तरह अगर किसी की जिंदगी बच सकती है जे अधिकारिक तौर पर तुहानू किते पॉइंट किया जाए तुहानू रखा जाए। नहीं मैं देखो अपील तो नहीं करता है पर सरकार खुद आप ही देखना चाहिए जी क्यों इंसीडेंट अपने इन्ने हो गए प्रोपर NDRF की टीम ज सारा कुछ ही मतलब अपना फेल ही हो रहा जी एक तरह। संगरूर तो गुलजार मल्ली की खबर। फ्री लीफ आयुर्वैदिक ऑयल 125 बीमारियों का संपूर्ण इलाज जिमें गठिया सरवाइकल माइग्रेन अते शरीर में किसी भी किस्म की दर्द क्यों ना होंदी होवे इतों तक कि ब्लॉकेज के नाल बनिया कई बीमारियों का इको एक इलाज है फ्री रिलीफ आयुर्वैदिक ऑयल यानी कि 125 बीमारियों का संपूर्ण इलाज। फ्री रिलीफ विजिलैक्स वेट लूज मोटापे तो परेशान होने की जरूरत नहीं वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियांदा है रौनक। फ्री रिलीफ पावर कब्ज़ तो परेशान होने की हुण जरूरत नहीं है कब्ज़ तो छुटकारा पाउण लई आ गया कब्ज़ हर चूरन नू अपनाओ ते कब्ज़ तो छुटकारा पाओ। हुण तक लखां मरीज लै चुके ने फायदा वधेरे जानकारी लई तुसी संपर्क कर सकते हो 9478-784-0087 नंबर एक बार फिर तुसी नोट कर सकते हो 9478-484-0087।